आई आई एम्स कि अगर आप कॉलेज स्टूडेंट हैं तो 26 सितंबर को होने वाले इस कार्यक्रम को जरूर दो सौ वॉलेंटियर है अच्छा ਪੂਰੀ ਸਟੇਟ ਦਾ ਅਸ 200 ਵੋਲੰਟੀਅਰ ਜੇ ਆਹੇ ਉਹ ਰਿਪਬਲਿਕ ਡੇ ਪ੍ਰੇਡ ਅਸਤੇ ਸਿਲੈਕਟ ਹੋਏ ਤੇ ਉੱਥੇ ਜਾਈਏ ਅਸੀਂ ਕਰਤੱਵ ਪਥ ਉੱਪਰ ਚੱਲੇ ਦਾ ਮੌਕਾ ਦੋਇਆ ਮੈਂ ਇਸ ਸਾਲ 26 ਜਨਵਰੀਏ ਚ ਕਰਤੱਵ ਪਥ ਉੱਪਰ ਚੱਲਣ ਦਾ ਮੇਕੀ ਮੌਕਾ ਥੋਇਆ ਕਰਨ ਅਸਾਂ ਸਾਰੇ ਅਸੋਸੀਏਸ਼ਨ ਦੇ ਪਾਸ਼ਾ ਵੀ ਤੁਸੇ ਕੀ ਵਧਾਈਆਂ ਕਿਉਂਕਿ ਤੁਸੇ ਨਾ ਕਿ ਨਵੀਂ ਦਿੱਲੀ ਕਰਤੱਬੇ ਪਥ ਪਰ ਗਏ ਹਰ ਕੁਸ਼ੇ ਕੀ ਇਹ ਮੌਕਾ ਨਹੀਂ ਥੁੰਦਾ ਇੱਕ ਆਪਣੇ ਅੰਦਰ ਕਲਾ ਵੀ ਹੋਣੀ ਚਾਹੀਦੀ ਇਹ ਮੇਹਣਾ ਐਨਐਸਐਸ ਦਾ ਵੀ ਇੱਕ ਬੜਾ ਯੋਗਦਾਨ ਹੈ ਇਹਦੇ ਚ ਤੁਸੀਂ ਕੀ ਇਥੇ ਤਾਈ ਪਜਾਣੇ ਤਾਈ ਹਾਂ ਬਿਲਕੁਲ ਇਹ ਜਿਹੜਾ ਜਿਹੜਾ ਮੇਰਾ ਪੂਰਾ ਸ਼ਰੇਆ ਐ ਐਨਐਸਐਸ ਕੀ ਜੰਦਾ ਕਿ ਮिक्की ਆਪਣਾ ਮੌਕਾ ਥੋਇਆ ਤੇ ਗੁਲਾਬਾਦ ਕਰਤਵ ਵੀ ਪਥੂ ਪਰ ਤਾਂ ਚੱਲਨੇ ਦਾ ਮੌਕਾ ਥੋਇਆ ਥੋਇਆ ਲੇਕਿਨ ਅਸੀਂ ਅਸੀਂ ਮਾਨਯ ਪ੍ਰਧਾਨ ਮੰਤਰੀ ਜੀ ਕੰਨੇ ਮਿਲਨੇ ਦਾ ਮੌਕਾ ਥੋਇਆ ਹੈ ਮਾਨਨੀਯ ਮੁੱਖ ਮੰਤਰੀ ਜੀ ਕੰਨ ਮਿਲਣ ਦਾ ਮੌਕਾ ਥੋਇਆ ਤੇ ਜੇ ਕਿ ਸਾਡੀ ਐਨਐਸਐਸ ਆ ਉਹ ਤੁਸੀਂ ਪਤਾ ਮਿਨਿਸਟਰੀ ਆਫ ਯੂਥ ਐਂਡ ਅਫੇਅਰਸ ਦਾ ਵਿੱਚ ਆਉਂਦੀ ਤੇ ਉਹਦੇ ਮਨਿਸਟਰ ਸ਼੍ਰੀ ਅਨੁਰਾਗ ਠਾਕੁਰ ਜੀ ਹੋਰ ਕੰਨ ਮਿਲਣ ਦਾ ਮੌਕਾ ਥੋਇਆ ਉਹ ਸਾਰਾ ਕਿਸ ਜੇ ਆ ਉਸੇ ਅਸੇ ਐਨਐਸਐਸ ਦੀ وجہ ਕੰਨ ਮੈਂ ਕੀ ਥੋਏ ਮੋਗੇ ਬਿਲਕੁਲ ਜੀ ਐਨਐਸਐਸ ਵੀ ਇਹਨੇ ਤੁਸੀਂ ਕੀ ਮੰਚ ਦਿੱਤਾ ਤੋ ਹਰ ਥੋੜੇ ਮਨੇ ਵੀ ਇੱਕ ਹੀ ਇਹੀ ਕਿ ਆਉਂ ਕੁਛ ਦੇਸ਼ ਲਈ ਕਰਗੀ ਆਪਣੇ ਰਾਸ਼ਟਰ ਲਈ ਕੁਛ ਕਰਗੀ ਜਿਹਦੇ ਬੰਦੇ ਦੇ ਮਨੇ ਚਿੱਖੀ ਹੁੰਦੀ ਹੈ ਤਦੋਂ ਗਏ ਬੰਦਾ ਕੁਛ ਕਰੀ ਸਕਦਾ ਹੈ ਤੁਸੀਂ ਐਨਐਸਐਸ ਦੇ ਮਾਧਿਅਮ ਕਨੇ ਰਾਸ਼ਟਰ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਕਨੇ ਕੇਂਦਰੀ ਮੰਤਰੀ ਕਨੇ ਮੌਕਾ ਮਿਲਿਆ ਐਨਐਸਐਸ ਦੇ ਮਾਧਿਅਮ ਕਨੇ ਕਿਉਂਕਿ ਆਸ ਉਹ ਰਜਨੇ ਵਿਦਿਆਰਥੀ ਜਿਹੜੇ ਆਸਦੇ ਉਹਨੇ ਕੀ ਟੀਵੀ ਪਰ ਗਏ ਦੇਖਨੇ ਆ ਜਾਂ ਫਿਰ ਰੇਡੀਓ ਪਰ ਗਏ ਸੁਣਨੇ ਆ ਲੇਕਿਨ ਤੁਸੀਂ ਆਖ ਤੋਂੜੇ ਕਹਣੇ ਦਾ ਅਰਥ ਇਹ ਹੈ ਕਿ ਇੰਨਾ ਕੁਸ਼ ਅਗਰ ਤੂੰ ਹੇ ਕੀਤਾ ਤੇ ਸਿਰਫ ਐਨਐਸਐਸ ਦੇ ਮਾਧਿਮ ਕਰਨੇਗਾ ਕੀਤਾ ਕਿਉਂਕਿ ਅਗਰ ਤੋਸ਼ ਖਾਦੀ ਆਪਣੇ ਕਿਤਾਬੀ ਪਰਗਏ ਹੁੰਦੀਆਂ ਐਨਐਸਐਸ ਪਰ ਚ ਨਾ ਹੁੰਦੀਆਂ ਤੇ ਮਿਗੀ ਨਹੀਂ ਲੱਗਦਾ ਤੁਸੀ ਕਿ ਇੰਨਾ ਮੌਕਾ ਥੋਣਾ ਹੈ ਹੈਨਾ ਹਾਂਜੀ ਬਿਲਕੁਲ ਅਗਰ ਮੈਂ ਐਨਐਸਐਸਟੀ ਅਗਰ ਆਂ ਵੋਲੰਟੀਅਰ ਨਹੀਂ ਹੁੰਦੀ ਤਾਂ ਮੇਕੀ ਸ਼ਾਇਦ ਇਹ ਮੌਕੇ ਗੱਤ ਥੋਣੇ ਨੀ ਆ ਇਹ ਮੇਰੀ ਸਫਲਤਾ ਦੀ ਤਰਫ ਮੇਕੀ ਸੇੜੀ ਜਗਾ ਇੱਕ ਰਸਤਾ ਥੋਇਆ ਆਪਣੀ ਸਫਲਤਾ ਆਪਣੀ ਜੇ ਕਿ ਡੈਸਟਿਨੀ ਆਹਦੇ ਉਸ ਉਦੋਂ ਉਦੇ ਉੱਪਰ ਜਾ ਨਾਸਤਾ ਇਹ ਸਿਰਫ ਮੇਕੀ ਇੱਕ ਐਨਐਸਐਸਟੀ ਵਜਾ ਨਾਲ ਹੋਇਆ ਬਿਲਕੁਲ ਜੀ ਸਿਆਣੇ ਗਲਾंदे ਨਾ ਜਿੱਥੇ ਚਾਹ ਵੈ ਉੱਥੇ ਰਾਹ ਬੰਦੇ ਕੀ ਥੋਈ ਗਏ ਜਾਂਦੀ ਹੈ ਅੱਛਾ ਉਹਨਾਂ ਤੋਂ ਸਾਡੇ ਦਰਸ਼ਕੀ ਕੀ ਇਹ ਦੱਸੋ ਕਿ ਐਨਐਸਐਸ ਜਿਹੜੀ ਰਾਸ਼ਟਰੀ ਸੇਵਾ ਯੋਜਨਾ ਹੈ ਇਹ ਪੂਰੇ ਭਾਰਤ ਵਰਸ਼ ਚ ਫੈਲੀ ਦੀ ਹੈ ਤੇ ਇਹਦੇ ਅੰਦਰ ਕਿਹੜੀ ਕਿਹੜੀਆਂ ਗਤੀਵਿਧੀਆਂ ਕਿਹੜੇ ਕਿਹੜੇ ਕਾਰਜਕ੍ਰਮ ਪੂਰੇ ਦੇਸ਼ ਭਰੇ ਚ ਇਹਤੋਸ਼ ਕਰਦੇ ਹੋ ਤੇ ਤਾਂ ਕਿ ਸਾਡੇ ਦਰਸ਼ਕੀ ਕੀ ਵੀ ਪਤਾ ਚੱਲੇ ਉਮ ਸਾਡੇ ਦਰਸ਼ਕ ਬੜੇ ਜਾਗਰੂਕ ਹਨ ਲੇਕਿਨ ਫੀ ਵੀ ਜਿਹੜੇ ਕਾਰਜਕ੍ਰਮ ਸਾਡੇ ਦਿਖਾ ਕਰਦੇ ਨੇ ਉਹਦੇ ਤਾਈ ਤੁੰਦੇ ਦੱਸੋ ਕਿ ਕਿਹੜੀ ਕਿਹੜੀ ਗਤੀਵਿਧੀਆਂ ਕਿਹੜੇ ਕਿਹੜੇ ਕਾਰਜਕ੍ਰਮ ਤੁਸ ਪੂਰੇ ਭਰੇ ਚ ਐਨਐਸਐਸ ਦੇ ਵਲੰਟੀਅਰ ਤੇ ਕਨੇ ਜਿਹੜੇ ਤੁੰਦੇ ਟੀਮ ਇਨਚਾਰਜ ਹਨ ਕਿਹੜੇ ਕਰ-ਕਰੇ ਐਕਟੀਵਿਟੀਆਂ ਕਰਦੇ ਹੋ ਪਹਿਲਾ ਤਾਂ ਜਿਹੜਾ ਸਾਡਾ ਐਨਐਸਐਸ ਆ ਇਹਦੇ ਇੱਕ ਕੈਂਪ ਵੀ ਲੱਗਦੇ ਨੇ ਹਾਂਜੀ ਜਿਹਨਾਂ ਆਈ ਆ ਐਨਆਈਸੀ ਕੈਂਪ ਲੱਗਦਾ ਸਾਡਾ ਐਨਐਸਐਸ ਦਾ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਆ ਹਤੇ ਜਿਸ ਜੇਕਰ ਇਹ ਲੱਗਦਾ 7 ਦਿਨ ਦਾ ਕੈਂਪ ਹੁੰਦਾ ਇਹ ਸਾੜਾ ਜੇਕਰ ਜੰਮੂ ਕਸ਼ਮੀਰ ਚਦਾ ਲੱਗਦਾ ਨਹੀਂ ਆਊਟ ਆਫ ਸਟੇਟ ਆ ਲੱਗਦਾ ਯੂਟੀ ਆ ਲੱਗਦਾ ਦੇ ਇਹ ਕੈਂਪ ਇਹ ਦੱਸਦੇ ਕਿ ਹੁੰਦਾ ਕਿ ਕਾਲਜ ਦਾ ਸਿਲੈਕਸ਼ਨ ਹੁੰਦੀ ਬੱਚੇ ਦੀ ਫਿਰ ਯੂਨੀਵਰਸਿਟੀ ਦਾ ਸਿਲੈਕਸ਼ਨ ਹੁੰਦੀ ਫਿਰ ਯੂਨੀਵਰਸਿਟੀ ਦਾ ਜੇ ਕਿ ਬੱਚੇ ਸਿਲੈਕਟ ਹੋਈਆ ਉਹ ਇਸ ਕੈਂਪਸ ਦਾ ਜਨਦਨ ਅੱਛਾ ਇਸ ਕੈਂਪ ਦਾ ਵੀ ਮਕਸਦ ਹੁੰਦਾ ਕਿ ਅਲੱਗ-ਅਲੱਗ ਸਟੇਟ ਦਾ ਬੱਚੇ ਆਵਦੇ ਹੁੰਦੇ ਆਸ ਆਪਣਾ ਕਲਚਰ ਐਕਸਚੇਂਜ ਕਰਨਾ ਹੁੰਦਾ ਕਿ ਹੁੰਦਾ ਕਿ ਸਾਂਸਕ੍ਰਿਤੀ ਹੈ ਸਾੜੀ ਕਿ ਸਾਂਸਕ੍ਰਿਤੀ ਹੈ ਅਸੀਂ ਪਤਾ ਲੱਗ ਗਿਆ ਉਹ ਕਿ ਪਾਸ਼ਾ ਬੋਲਦੇ ਆਸਕੇ ਪਾਸ਼ਾ ਬੋਲਦੇ ਅਸੀਂ ਉਹ ਪਤਾ ਲੱਗ ਗਿਆ ਵੀ ਇਹਦੇ ਇੱਕ ਐਡਵੈਂਚਰ ਕੈਂਪ ਲੱਗਦੇ ਐਡਵੈਂਚਰ ਕੈਂਪ ਜਿਹੜੇ ਹਨ ਇਹ ਲੱਗਦੇ ਜਾਂ ਤਾਂ ਅਰੁਣਾਚਲ ਪ੍ਰਦੇਸ਼ੇ 'ਚ ਜਾਂ ਹਿਮਾਲਿਆ ਰੀਜਨ ਉੱਪਰ ਜਿੱਥੇ ਆਈਏ ਸਾਰਾ ਹਿਮਾਚਲ ਪ੍ਰਦੇਸ਼ ਇੱਥੇ ਲੱਗਦੇ ਇਹਦੇ 'ਚ ਪੈਰਾਗ라이ਡਿੰਗ ਹੋਂਦੀ ਇਹ ਇਹ ਸਾਰੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਜੇ ਕਿ ਬੱਚੇ ਸਿਲੈਕਟ ਹੋਈਏ ਜਾਂਦੇ ਉੱਥੇ ਜੀ ਜੀ ਪੀ ਨੋੜਗੁਲਾਬਾਦ ਇੱਕ ਜੇਕਰ ਸਰਗੁਲਾ ਬੱਡਾ ਕੈਂਪਰ ਹੁੰਦਾ ਐਨ ਐਸਐਸ ਦਾ ਉਰੋਂ ਦਾ ਰਿਪਬਲਿਕ ਡੇ ਪਰੇਟ ਕੈਂਪ ਉਹਦਾ ਮੈਂ ਤੁਸੇ ਸੁਣਾਈਆ ਛੁੜਿਆ ਕੀ ਉਹਦੀ ਸਿਲੇਕਸ਼ਨ ਕਿਵੇਂ ਹੁੰਦੀ ਕਿਉਂ ਦਾ ਚਲੋ ਜੀ ਤੁਸੇ ਉਹਦੇ ਬਾਰੇ ਦੱਸਿਆ ਨਾ ਉਹ ਜਿਹੜੇ ਸਾਡੇ ਨੌਜਵਾਨ ਸਾਡਾ ਕਾਰਜਕ੍ਰਮ ਦੇਖਾ ਕਰਦੇ ਹੁੰਦਿਆਂ ਵੀ ਅੱਖਾਂ ਖੁੱਲ੍ਹੀਆਂ ਓਂਗਣ ਹੁੰਦੇ ਅੰਦਰ ਅੰਦਰ ਵੀ ਇੱਕੀ ਜਗ੍ਹੀ ਹੋਗ ਕਿ ਅਸ ਵੀ ਐਨਐਸਐਸ ਆਚੇ ਬੜਾ ਤੁਸੇ ਸ਼ਹਿਲ ਅਸੀਂ ਕੀ ਦੱਸਿਆ ਬੜੀਆਂ ਗਤੀਵਿਧੀਆਂ ਹੋਰ ਵੀ ਹੁੰਦੀਆਂ ਜੀ ਜੀ ਹਾਂਜੀ ਹੋਰ ਗਤੀਵਿਧੀਆਂ ਇਹ ਹੁੰਦੀਆਂ ਕਿ ਅਸ ਬਲੱਡ ਡੋਨੇਸ਼ਨ ਕੈਂਪ ਲੱਗਦੇ ਐਨਐਸਐਸ ਹਾਂਜੀ ਹਾਂਜੀ ਰક્તਦਾਨ ਹਾਂਜੀ ਸਾਡਾ ਕਾਲਜ ਵੀ ਲੱਗਦੇ ਏ ਤੇ ਅਸੀਂ ਬਲੱਡ ਡੋਨੇਸ਼ਨ ਕੈਂਪੇਨ ਚ ਵੀ ਪਾਰਟਿਸਪੇਟ ਕੀਤਾ ਤਾਂ ਪੀ ਨੋੜਗੁਲਾਬਾਦ ਸਵਸ਼ ਰਤ ਅਭਿਆਨ ਚੱਲਦੇ ਇਹ ਐਕਟੀਵਿਟੀ ਹੁੰਦੀਆਂ ਪਲਾਂਟੇਸ਼ਨ ਡਰਾਈਵ ਹੁੰਦੀਆਂ ਔਰ ਬਾਕੀ ਜੇ ਕਿ ਗਵਰਨਮੈਂਟ ਦੀਆਂ ਕੋਈ ਵੀ ਗਾਈਡਲਾਈਨ ਹੁੰਦੀਆਂ ਉਸੇ ਅਸ ਲੋਕਾਂ ਤੱਕ ਪਹੁੰਚਾਣੇ ਦਾ ਕੰਮ ਕਰਦੇ ਜੇ ਕਿ ਜੇ ਕਿ ਲੋਗਨ ਕੀ ਕੋਈ ਕੋਈ ਲੋਗ ਇਨੇ ਅਵੇਅਰ ਨਹੀਂ ਹੁੰਦਾਂ ਉਹਨੇ ਪਤਾ ਨਹੀਂ ਹੁੰਦਾ ਦੇ ਅਸ ਗਾਂਗਾਂ ਜਾਈ ਹੈ ਉਹਨੇ ਉਤਪਾਸ਼ ਵਿੱਚ ਸਮਝਾਉਂਦੇ ਜਿਹੜੀ ਭਾਸ਼ਾ ਉਹਨੇ ਸਮਝਾਈ ਉਸ ਹਰ ਗਾਂਗਾਂ ਜਾਂਦੇ ਉਹ ਸਥਾਨੀਏ ਭਾਸ਼ਾ ਹੈ ਜਿਹੜੀ ਉਥਾਂ ਦੇ ਇਲਾਕੇ ਦੀ ਭਾਸ਼ਾ ਹੈ ਉਸ ਭਾਸ਼ਾਈ ਉਸ ਲੋਕਾਂ ਕੀ ਜਾਗਰੂ ਕਰਦੇ ਹੋ ਤਾਂ ਕਿ ਜਿਹੜੇ ਜਿਹੜੇ ਸਮਾਜ ਦੇ ਕਾਰੇ ਵੀ ਚੱਲਦੇ ਰਵਣ ਸਰਕਾਰ ਦੀ ਤਰਫੋਂ ਵੀ ਜਿਹੜੇ ਦਿਸ਼ਾ ਨਿਰਦੇਸ਼ਨ ਉਹ ਵੀ ਚੱਲਦੇ ਰਵਣ ਅੱਛਾ ਕਈ ਵਾਰੀ ਅਸੀਂ ਕਿ ਇਹ ਦਿਖਨੇਗੇ ਥੋਂਦਾ ਖਾਸ ਕਰ ਮੇਬੀ ਕਹਿੰਨਾ ਆਪਣੇ ਵਿਦਿਆਰਥੀ ਕਾਲ ਵਿੱਚ ਕਈ ਵਾਰੀ ਕੋਈ ਕੁਸ਼ਸ਼ ਜਮਾਣੇ ਨਾ ਐਨਐਸਐਸ ਦਾ ਇਸ਼ਾਰਾ ਹੈ ਤੇ ਅਜੇ ਵੀ ਜਿਲ੍ਹਾ ਵੀ ਕੋ ਦਾ ਮੌਕਾ ਮਿਲਦਾ ਆਪਣੇ ਤਰਫੋਂ ਸਮਾਜਿਕ ਕਾਰਜ ਕਰਨਾ ਚਾਹੀਦਾ ਜ਼ਰੂਰੀ ਨਹੀਂ ਕਿ ਤੁਸੀਂ ਐਨਐਸਐਸ ਦੇ ਪਾਰਟ ਹੋ ਠੀਕ ਹੈ ਤੁਸੀਂ ਇਹ ਸਮਾਜਿਕ ਪ੍ਰਤੀ ਕਾਰਜ ਕਰਨਾ ਚਾਹੀਦਾ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਸ਼ਾ ਹੈ ਕਿ ਹਰ ਵੇਲੇ ਆਪਣਾ ਜਿਹੜਾ ਸੇਵਾ ਹੈ ਉਹ ਕਰਨੀ ਚਾਹੀਦੀ ਫਿਰ ਵੀ ਮੈਂ ਦੇਖਦਾ ਹਾਂ ਕੁਝ ਵੀ ਵਿਦਿਆਰਥੀ ਤੇ ਕੁਝ ਲੋਕੇ ਨੇ ਮਨੇ ਚ ਵੀ ਇਹ ਧਾਰਨਾ ਆਉਂਦੀ ਹੀ ਕਿ ਜਿਹੜਾ ਐਨਐਸਐਸ ਜੁਆਇਨ ਕਰੀ ਲੈ ਨਾੜਾ ਕਾ ਮੇ ਖਾੜੀ ਝਾੜੂ ਪੂੰਚੇ ਮਾਰਨਾ ਇਸ ਕਿਸਮ ਦੀ ਪ੍ਰਥਾ ਇਸ ਕਿਸਮ ਦੇ ਪ੍ਰਾਣੀ ਜਿੰਦੀ ਐਸੀ ਮਾਨਸਿਕਤਾ ਹੈ ਕਿਉਂਕਿ ਤੁਸੀਂ ਵੀ ਐਨਐਸਐਸ ਦੀਆਂ ਮੰਨੀ ਪਰਮੰਨੀ ਦੀ ਬਲੈਂਟਰੀ ਰਹੀ ਹੋ ਇਹ ਲੈ ਵੀ ਹੋ ਕਿ ਇਸ ਨੇ ਆ ਦੇਣਾ ਚਾਹੁੰਦੀ ਹੋ ਕਿ ਕਿ ਇਹ ਸੱਚ ਹੈ ਜਾਂ ਝੂਠ ਹੈ ਹਾਂਜੀ ਬੜੇ ਲੋਕ ਆਹਦੇ ਦਾ ਹਨ ਇਹ ਗੱਲ ਕਿ ਐਨਐਸਐਸ ਆਲੇ ਸਫਾਈ ਆਲੇ ਲੇਕਿਨ ਆਹ ਉਹਨੇ ਲੋਕੇ ਕੀ ਇਹ ਸੁਨਾਣਾ ਚਾਹਨੇ ਕਿ ਐਨਐਸਐਸ ਦਾ ਕੰਮ ਸਿਰਫ ਸਫਾਈ ਕਰਨਾ ਨਹੀਂ ਹੈ ਐਨਐਸਐਸ ਦੇ ਮੈਂ ਤੁਸੇ ਸੁਨਾਇਆ ਕਿ ਹੋਰ ਵੀ ਬੜੇ ਕੰਮ ਹੋਰ ਵੀ ਬੜੀਆਂ ਐਕਟੀਵਿਟੀ ਹੁੰਦੀਆਂ ਕਿ ਜੇ ਕਿ ਅਸ ਆਪਣਾ ਸਮਾਜ ਦੀ ਤਰਫ ਯੋਗਦਾਨ ਦੇਣ ਹੁੰਦਾ ਲੇਕਿਨ ਆ ਸਫਾਈ ਉਪਰ ਅਸ ਜ਼ਿਆਦਾ ਧਿਆਨ ਦਿੰਦੇ ਉਹ ਹੈ ਕੀ ਉਹ ਦਿਖਲਾਉਗੀ ਸਾੜਾ ਜਿਹੜਾ ਦੇਸ਼ ਹੈ ਉਹ ਇਸ ਵੇਲੇ ਡਵੈਲਪਿੰਗ ਦੀ ਸਟੇਜ ਉੱਪਰ ਹੈ ਲੇਕਿਨ ਆ ਸਾੜਾ ਦੇਸ਼ ਜਿਹੜਾ ਹੈ ਉਹ ਡਵੈਲਪਿੰਗ ਦੀ ਸਟੇਜ ਉੱਪਰ ਹੈ ਉਹ ਤਾਂ ਡਵੈਲਪ ਤਾਂ ਕਰੀ ਸਕਦਾ ਕਿ ਜੇ ਕਿ ਸਾੜੇ ਸਾਰਾ ਕੁਲਾ ਜਿਆਦਾ ਸਾੜੇ ਦੇਸ਼ ਉੱਪਰ ਸਮੱਸਿਆ ਹੋਇਆ ਹੈ ਸਫਾਈ ਦੀ ਗੰਦਗੀ ਦੀ ਸਮੱਸਿਆ ਉਹ ਤਾਂ ਇਸ ਦੇ ਉੱਪਰ ਜ਼ਿਆਦਾ ਧਿਆਨ ਦੇ ਆ ਦੇ ਕਿ ਜੇ ਕਿ ਇਹ ਗੰਦਗੀ ਹੈ ਇਹ ਇਹ ਸਾੜੇ ਪਹਿਲੇ ਦਾਸ ਆਪਣੇ ਕਾਲਜ ਕੁਲਾ ਸ਼ੁਰੂ ਕਰ ਦੇ ਕਿ ਆਪਣੇ ਕਾਲਜ ਚ ਸਫਾਈ ਕਰਨੀ ਹੈ ਹਾਂਜੀ ਪੀ ਕਾਲਜ ਦੀ ਬਾਹਰ ਜੇ ਕਿ ਬਾਹਰ ਦੀ ਜਗਾ ਜੇ ਕਿ ਲੋਕ ਮੱਲੇ ਕਾਲਜ ਦੇ ਕੋਲ ਪੀ ਉਹ ਸਫਾਈ ਕਰਨੇ ਪੀ ਗਰਾਹ ਗਰਾਹ ਜਾਇਆ ਸਫਾਈ ਕਰਦੇ ਇਹ ਲੋਕੇ ਕੀ ਉਹ ਤੋਂ ਉਹਨੇ ਦਿਖਲਾਉਗੇ ਅਗਰ ਅਸੀਂ ਯਾਹ ਦਾ ਕੋਈ ਆਪਣਾ ਕਾਰ ਲਾਂਦੇ ਕਾਰ ਆ ਜਾਂ ਕਾਰ ਸੈਂ ਬਨਾਇਆ ਜਾਂ ਜੇ ਵੀ ਹੋਵੇ ਲੇਕਿਨ ਉਹਦੇ ਸਭ ਪਹਿਲਾ ਸਕੇ ਕਰਦੇ ਸਫਾਈ ਹੈ ਪੀ ਅੱਗਾ ਚਾਹੀਏ ਨੋੜਾ ਕੇ ਕਰੀ ਸਕਦੇ ਬਿਲਕੁਲ ਜੀ ਤੁੰਦੇ ਕਹਿਣੇ ਦਾ ਮਤਲਬ ਇਹ ਹੈ ਕਿ ਸਫਾਈ ਅਸ ਕਰੇ ਵੀ ਕਰਨੇ ਆ ਜ਼ਰੂਰੀ ਥੋੜਾ ਕਿ ਆਸ ਐਨਐਸਐਸ ਵਿੱਚ ਕਿ ਸ਼ਾਮਲਾ ਹੋਵੇ ਫੀ ਗੈਸ ਸਪਾਈ ਕਰਨੇ ਆ ਘਰ ਵੀ ਅਸਰੋਜ ਸਪਾਈ ਕਰਨੇ ਆ ਮਾਨਣੀ ਪ੍ਰਧਾਨ ਮੰਤਰੀ ਹੋਰ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਆਏ ਸਕਦੇ ਨੇ ਦੀ ਆਸੀਂ ਕੀ ਕੀ ਹੈ ਕਿਉਂਕਿ ਸਾਡਾ ਅਗਰ ਸਾਫ ਸਫਾਈ ਕਰਕੇ ਤਈਆਂ ਦਾ ਸਾਡਾ ਵਾਤਾਵਰਣ ਠੀਕ ਠਾਕ ਹੋ ਉਹਨ ਤੋਂ ਸਾਸੀਂ ਕੀ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਨੇ ਦਰਸ਼ਕ ਵੀ ਜਾਨਣਾ ਚਾਹੁੰਦੇ ਨੇ ਤੇ ਨੌਜਵਾਨ ਯੁਵਾ ਵੀ ਜਾਨਣਾ ਚਾਹੁੰਦੇ ਨੇ ਕਿ ਇਹ ਐਨਐਸਐਸ ਵਿੱਚ ਅਗਰ ਦਾਖਲਾ ਲੈਣਾ ਹੋਵੇ ਜਿਹਾਂ ਸਕੂਲ ਨਹੀਂ ਦਾਖਲਾ ਹੁੰਦਾ ਯਾ ਐਨਐਸਐਸ ਵਿੱਚ ਦਾਖਲਾ ਹੁੰਦਾ ਉਹ ਇਹਦੇ ਆਸਤੇ ਕੋਈ ਫੀ ਫੂਦੇ ਨਹੀਂ ਦੇਣਾ ਪੁੰਦੀ ਕਿਸ ਚਾਲੀ ਇਹਦੇ ਵਿ ਚਾਹ ਕੰਨ ਐਨਐਸਐਸ ਚ ਹੋਣ ਤੇ ਆਪਣੀ ਜਿਹੜੀ ਪ੍ਰਤਿਭਾ ਹੈ ਉਸ ਦੀ ਵੀ ਦੱਸਣ ਤੇ ਕੰਨੇ ਸਮਾਜ ਦੀ ਸੇਵਾ ਵੀ ਕਰਨ ਤੁਸਕੇ ਆਖਣਾ ਚਾਹਦੇ ਕੋਈ ਫੀਫੂ ਦੇ ਨਹੀਂ ਹੈ ਨਹੀਂ ਬਿਲਕੁਲ ਨਹੀਂ ਕੋਈ ਫੀਸ ਨਹੀਂ ਲੱਗਦੀ ਐਨਐਸਐਸ ਜੋਇਨ ਕਰਨਾ ਹਸਤਾ ਐਨਐਸਐਸ ਚ ਲੈਸ ਜੋਇਨ ਕਰਦੇ ਤਾਂ ਜਿਹੜਾ ਸਬ ਕਾਲਜ ਹੁੰਦੇ ਐਨਐਸਐਸ ਦੇ ਪ੍ਰੋਗਰਾਮ ਆਫਿਸਰ ਹੁੰਦੇ ਕਾਲਜ ਵਿੱਚ ਹਾਂਜੀ ਅਸ ਉਹਦੇ ਕੋਲ ਜਾਣਾ ਕਿਸੇ ਫਾਰਮ ਥੋਂਦਾ ਉਹ ਅਸਾ ਫਾਰਮ ਭਰਨਾ ਅੱਛਾ ਤੇ ਅਸ ਐਨਐਸਐਸ ਵਿੱਚ ਅਨਰੋਲ ਹੋਈ ਸਕਦੇ ਲੇਕਿਨ ਐਨਐਸਐਸ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕਾਗਜ਼ਾ ਪੱਤਰਾ ਦਾ ਕੰਮ ਕਰਉ ਰਿਆ ਤੇ ਤੁਸੀਂ ਐਨਐਸਐਸ ਜੁਆਇਨ ਕਰਉ ਰਹੀ ਆਂਗੀ ਐਨਐਸਐਸ ਦਾ ਵੋਲੰਟੀਅਰ ਹੈ ਨਹੀਂ ਤੁਸੀਂ ਐਨਐਸਐਸ ਜੁਆਇਨ ਕੀਤੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਐਨਐਸਐਸ ਦੀ ਜਿਹੜੀ ਵੀ ਐਕਟੀਵਿਟੀ ਹੁੰਦੀ ਉਹਦੇ ਤੁਸੀਂ ਬੜੀ ਜਿਹੜੀ ਹੈ ਪਾਰਟਿਸਿਪੇਟ ਕਰੋ ਉਹਦੇ ਚ ਐਨਐਸਐਸ ਦੀ ਐਕਟੀਵਿਟੀਜ਼ ਪਾਰਟਿਸਿਪੇਟ ਕਰੋ ਸਮਾਜ ਕੀ ਆਪਣਾ ਯੋਗਦਾਨ ਦਿਓ ਤੇ ਕੰਨਾ ਐਨਐਸਐਸ ਜਿਹੜੀ ਹੈ ਉਹ ਥੋੜੀ ਜਿਹਾ ਇਨਰ ਟੈਲੈਂਟ ਹੈ ਉਸੇ ਦਰਸ਼ਾਣਾ ਸੇ ਬਾਹਰ ਕੱਢਨਾ ਸਤੇ ਤੁਸੇ ਪਲੇਟਫਾਰਮ ਤੇ ਪ੍ਰੋਵਾਈਡ ਕਰਦਾ ਹੈ ਤੁਹਾਡੇ ਕਨੇ ਗੱਲਬਾਤ ਕਰਦੇ ਰਹੋ ਚਾਹੇ ਲੇਕਿਨ ਸਮੇਂ ਦੀ ਬੜੀ ਪਰੇਕਿਲਤ ਹੈ ਕਿਉਂਕਿ ਸਮੇਂ ਮਤਾ ਬਲਵਾਨ ਹੈ ਉਹਦੀ ਪਾਲਮਾਸੀ ਕੀ ਕਰਨੀ ਚਾਹੀਦੀ ਆ ਸਾਰੇ ਸਮੇਂ ਦੇ ਆਧਿਨਾ ਜਿੰਦੇ ਜਿੰਦੇ ਸਾਡੇ ਦਰਸ਼ਕਾਂ ਆਸਤਾ ਹੈ ਤੇ ਵਿਦਿਆਰਥੀਆਂ ਆਸਤੇ ਤੁਸ ਆਪਣੇ ਤਰਫੋਂ ਅਜ ਕਹਿੰਨਾ ਐਨਐਸਐਸ ਤੇ ਡਿਆੜੇ ਪੱਦੇ ਮੌਕੇ ਪਰ ਕੇਸ਼ਨਿਆ ਦੇਣਾ ਚਾਹਦੇ ਹੋ ਆਉਨੇ ਇਹ ਸੁਦੇ ਸੰਦੇਸ਼ ਦੇਣਾ ਚਾਹਨੀ ਆ ਕਿ ਤੁਸੀਂ ਅਨਸਿਸ ਅਸੀਂ ਜੋਇਨ ਕਰੋ ਲੇਕਿਨ ਬਿਨਾ ਕਿਸੇ ਸਵਾਰਥ ਦਾ ਕਿ ਅਨਸਿਸ ਦਾ ਤੁਸੀਂ ਤੁਸੀਂ ਜੋਇਨ ਕਰਕੇ ਤਾਂ ਤੁਸੀਂ ਕਿਸੇ ਵਾਪਿਸ ਉਹਦਾ ਕਿਸਤ ਹੋਣਾ ਇਹ ਹੈ ਕਿ ਤੁਸੀਂ ਆਪਣੇ ਆਪਣੇ ਮਨੇ ਦੀ ਸ਼ਾਂਤੀ ਦਾ ਥੋ ਨਹੀਂ ਲੇਕਿਨ ਹੋਰ ਕੋਈ ਆਗੇ ਕਿ ਇਆਂ ਤੁਸੀਂ ਕਿਸ ਚੀਜ਼ ਹੋਗੀ ਉਹ ਨਹੀਂ ਵੋਲੰਟੀਅਰਿਜ਼ਮ ਦਾ ਮਤਲਬ ਹੀ ਹੈ ਕਿ ਤੁਸੀਂ ਬਗੈਰ ਆਖਿਆ ਬਗੈਰ ਕਿਸੇ ਸਵਾਰਥ ਦਾ ਤੁਸੀਂ ਉਸੀ ਚੀਜ਼ੇ ਕੀ ਜੋਇਨ ਕਰਨਾ ਕਰਨਾ ਅਨਸਿਸ ਅਸੀਂ ਇਹ ਸਹਾਂਦੀ ਕਿ ਜੇ ਕਿ ਆਸਾੜੀ ਮਾਤ੍ਰਾ ਭਾਸ਼ਾ ਉਸੇ ਨਹੀਂ ਬੋਲੋ ਜੇਦੀ ਵੀ ਜਿਹੜੀ ਵੀ ਮਾਤ੍ਰਾ ਭਾਸ਼ਾ ਉਸੇ ਨਹੀਂ ਬੋਲੋ ਉਸੇ ਤੋਂ ਸੱਗਿਆ ਬੜਾ ਬੜਾ ਚਚਕ ਜਬਰਦਸਤ ਬੜਾ ਸ਼ਾਨਦਾਰ ਸਨਿਆਤ ਉਸੇ ਦਿੱਤਾ ਦਰਸ਼ਕੋ ਇਹਦਾ ਕੰਨੇ ਗਿਆ ਅੱਜ ਦਾ ਕਾਰਜਕ੍ਰਮ ਸਮਾਪਤ ਕਰਨੇ ਆ ਲੇਕਿਨ ਕਾਰਜਕ੍ਰਮ ਸਮਾਪਤ ਕਰਨੇ ਸ਼ਾ ਪਹਿਲੇ ਆਸਾ ਆਪਣੇ ਜਿਹੜੇ ਮਹਿਮਾਨ ਸੁਸ਼ਰੀ ਸੰਜਨਾ ਠਾਕੁਰ ਜੀ ਤੋਂ ਸਾਡੇ ਸਟੂਡੀਓਜ਼ ਆਇਆ ਇਹਨੀਆਂ ਛਾਂਦਾਰ ਗੱਲਾਂ ਤੁਹੇ ਕੀਤੀਆਂ ਤੁੰਦੇ ਕਰਨੇ ਗੱਲ ਇਸ ਵਿਸ਼ੇ 'ਤੇ ਐਸਾ ਕਿ ਅਸ ਗੱਲਬਾਤ ਕਰਦੇ ਰੋਚ ਹੈ ਲੇਕਿਨ ਸਮਾਂ ਆਸੇ ਨਹੀਂ ਦੀ ਅਗਿਆਣੀ ਦਿੰਦੀਆਂ ਤੇ ਦਿੰਦਾ ਤੁਸ ਆਪਣੇ ਬਿਜ਼ੀ ਸ਼ਡਿਊਲ ਸਾ ਸਾਡੇ ਸਟੂਡੀਓ ਚ ਆ ਇਨੀ ਜਾਣਕਾਰੀ ਦਿੱਤੀ ਤੁੰਦਾ ਮਾਤਾ ਮਤਾ ਧੰਨਵਾਦ ਦਰਸ਼ਕੋ ਤੁਸ ਦੇਖਦੇ ਰਹੋ ਜੰਮੂ ਦੁਰਦਰਸ਼ਨ ਅਗਲਾ ਕਾਰਜਕ੍ਰਮ ਲਈ ਹੈ ਕੁਸ਼ੌਰੀ ਵਿਸ਼ੇ ਕਰਨੇ ਇੱਕ ਵਾਰੀ ਪਰਤੀ ਹੈ ਤੁੰਦੇ ਕਨੇ ਮਲਾਟੀ ਲਾਗੇ ਤਦੂ ਤੋੜੀ ਮਿਗੀ ਦੀ ਓਨਮਤੀ ਨਮਸਕਾਰ ਤੁਸ ਦੇਖਦੇ ਰਹੋ ਜੰਮੂ ਦੁਰਦਰਸ਼ਨ ਦੇ ਕਾਰਜਕ੍ਰਮ